बिस्मिल्लाहिर्रहमानिर्रहीम, अस्सलामु अलैकुम। मैं तमाम भैन भाइयों की हाल चाल उम्मीद करनी है कि ठीक ठाक हो और अल्लाह पाक का शुक्र कि असी ठीक ठाक हाँ। जिते रहो उसते मुस्कुराते रहो, साड़ी दुआ हमेशा थोड़े नाल रहन। अल्लाह पाक खुश रखे, आबाद रखे साढ़े सब भैन भाइयों जो बीमार है, अल्लाह पाक उन्होंने शफा दे। जिन्हों को कारोबार नहीं है, अल्लाह पाक उन्होंने कारोबार दे। और जिन्हों को औलाद नहीं है, अल्लाह पाक नेक औलाद दे। अल्लाह पाक सब ढेर सारिया खुशियां दे और अल्लाह पाक खुश रखे सब। अल्लाह पाक नूं याद करके अज दे विलाग दा करने हैगे आगाज़। और माशाल्लाह जी अज ना लेट काफ़ी हो गए हैं और माशाल्लाह ना बच्चे जड़े है ना सुबह सुबह चले गए हैं नाश्ता करके स्कूल। और मैं लगी हूँ इसी घर की सफाई करन वास्ते, फिर काम करने हैं दुकान का भी शुरू अल्लाह नूं याद करके, क्योंकि असी सब्जी सुब्जी भी कुछ रखने हैं तो कुछ नाल बनाने हैं अपना समान समून अल्लाह नूं याद करके। बाकी ये है कि पहला मैं चलो घर में काम कर लवा, क्योंकि कल भी सुबह सुबह मेहमान आ गए सी ते कल भी काम सारा दिन पिछे रह गया सी। तो इस वास्ते पहला ना मैं हूँ किचन की सफाई करती पई है, बर्तन वगैरह धो के ते काम कुम करके ना ते अल्लाह नूं याद करके फिर जाके दुकान भी बार शुरू करने है। हाँ जी, तो माशाल्लाह जिहड़ा ना सुबह सुबह बार सफाई वगैरह मैं कर रहा हाँ, तो अल्लाह ताला बेहतर कर सी जी इंशाल्लाह। सफाई वगैरह मैं सारी कर रहा करके ते हुण समान जोड़ने आ, और जी छतरी रात नूं खोल दे विंदे जिहड़ी उपर तिरपाल लाई दी ना उन्हां बस साइयां ते बन्नी दी है। ਅਤੇ ਇੱਥੋਂ ਜੀ ਅੱਛਾ ਉਹ ਤਿਰਪਾਲ ਪਈ ਹੈ, ਅੱਲਾਹ ਤਾਲਾ ਬਿਹਤਰ ਕਰਦਾ ਇਨਸ਼ਾਲਾ। ਅੱਲਾਹ ਪਾਕ ਖੈਰ ਕਰ ਸੀ ਜੀ ਇਨਸ਼ਾਲਾ, ਅੱਲਾਹ ਦੇ ਹੁਕਮ ਨਾਲ ਅੱਲਾਹ ਪਾਕ ਬੱਚਿਆਂ ਦਾ ਰਿਜ਼ਕ ਦੇ ਸੀ। ਅਤੇ ਸਫਾਈ ਜੀ ਮੈਂ ਸੁਬਹ ਸੁਬਹ ਝਾੜੂ ਦਿੱਤਾ, ਝਾੜੂ ਫੇਰ ਕੇ ਅਤੇ ਹਾਲੀ ਧੁੱਪ ਬੜੀ ਹੈ, ਮੈਂ ਸਮਾਨ ਇਸ ਵਾਸਤੇ ਇੱਥੇ ਨਹੀਂ ਰੱਖਿਆ ਕਿਉਂਕਿ ਇਸ ਸਾਈਡ 'ਤੇ ਨਾ ਧੁੱਪ ਕਾਫੀ ਸਾਰੀ ਸੀ। ਅਤੇ ਉਹ ਹੁਣ ਜੀ ਮੈਂ ਅੱਗੇ ਲੈਂਦੇ ਹਾਂ ਸਮਾਨ। ਬਾਕੀ ਆ ਮੇਰਾ ਨਿਜ਼ਾਮ ਦੁਕਾਨ ਦਾ, ਅੱਲਾਹ ਤਾਲਾ ਕਰਮ ਕਰਸੀ ਇਨਸ਼ਾਲਾ। ਰੱਬ ਨੂੰ ਯਾਦ ਕਰਕੇ ਸ਼ੁਰੂਆਤ ਕਰਨੇ ਹਾਂ ਜੀ ਕੰਮ ਦੀ। ਸੁਖਾਣ ਲਈ ਸਮਾਨ ਲਈ ਜਾਂਦਾ ਜੀ, ਜੋੜਨੇ ਹਾਂ ਜੀ। ਇੱਥੇ ਪੁੱਤ ਰੱਖ, ਇੱਥੇ ਰੱਖ ਸਮਾਨ। ਬਿਸਮਿਲ੍ਲਾ ਕਰਕੇ ਤਾਂ ਅਸੀਂ ਆਪਣਾ ਨਾ ਕੰਮ ਸ਼ੁਰੂ ਕਰ ਲਿਆ। ਔਰ ਚਿਪਾ ਜਿਹੜੀ ਹੈਗੀ ਨਾ ਅੱਜ ਬਿਲਕੁਲ ਅਸੀਂ ਥੋੜ੍ਹਾ ਥੋੜ੍ਹਾ ਸਮਾਨ ਬਣਾਉਣਾ, ਕਿਉਂਕਿ ਕੱਲ੍ਹ ਵੀ ਕਾਫੀ ਸਾਰਾ ਨਾ ਜ਼ਾਇਆ ਹੋ ਗਿਆ ਸੀ। ਅਤੇ ਇੰਨੀ ਸਾਰੀ ਚਿਪਸ ਬਣਾਉਣੀ ਹੈਗੀ ਹੈ, ਇੰਨੇ ਕੁ ਪਕੌੜੇ ਬਣਾਉਣੇ ਹੈਗੇ। ਔਰ ਟਿੱਕੀਆਂ ਜਿਹੜੀਆਂ ਨਾ ਥੋੜ੍ਹੀਆਂ ਜਿਹੀ ਬਣਾਈਆਂ ਹੈਗੀਆਂ ਨਾ, ਬਿਲਕੁਲ ਥੋੜ੍ਹੀਆਂ ਦੀਆਂ ਅੱਜ ਬਣਾਈਆਂ ਹੈਗੀ ਜਿੰਨੇ ਕਿ ਸ਼ਾਮ ਤੱਕ ਵਿਕ ਜਾਣਗੇ। ਅਤੇ ਸੌਦਾ ਅਸੀਂ ਬਿਲਕੁਲ ਅੱਜ ਥੋੜ੍ਹਾ ਜਿਹਾ ਲਿਆਂਦਾ ਹੈਗਾ ਹੈ। ਅਤੇ ਜਿਹੜਾ ਮੰਡੀ ਵਾਲਾ ਸੌਦਾ ਹੈਗਾ ਨਾ ਕੋਈ ਸਬਜ਼ੀ ਵਗੈਰਾ, ਉਹ ਅੱਜ ਅਸੀਂ ਮੰਡੀ ਸੁਬਹਾ ਸੁਬਹਾ ਗਏ ਸੀ ਅਤੇ ਲੇਕਿਨ ਸੌਦਾ ਨਹੀਂ ਮਿਲਿਆ ਸੀ ਕਿਤੇ ਕੋਈ ਵੀ, ਕਿਉਂਕਿ ਸੌਦਾ ਨਹੀਂ ਸੀ ਹੈਗਾ ਮੰਡੀ ਦੇ ਵਿੱਚ। ਅਤੇ ਹਾਂਜੀ, ਅਤੇ ਪੈਸੇ ਪੂਸੇ ਵੀ ਨਾਲੇ ਨਾ, ਕਿਉਂਕਿ ਜ਼ਿਆਦਾ ਮੰਗਿਆਈ ਹੈਗੀ ਅਤੇ ਫਿਰ ਮੰਗਿਆਈ ਦੀ ਵਜ੍ਹਾ ਤੋਂ ਨਾ ਇੰਝ ਤਾਂ ਨਹੀਂ ਨਾ ਮਿਲਦਾ ਹੈਗਾ ਸੌਦਾ। ਇਸ ਵਜ੍ਹਾ ਤੋਂ ਨਾ ਪੈਸਿਆਂ ਪੂਸਿਆਂ ਦਾ ਮੈਂ ਕਿਹਾ ਚਲੋ ਆਏ ਦੋ ਦਿਨ ਕੋਈ ਹਿਸਾਬ ਕਿਤਾਬ ਲਾ ਲੈਂਦੇ ਹਾਂ। ਅਤੇ ਇਨਸ਼ਾਅੱਲਾ ਤਾਲਾ ਫਿਰ ਅੱਲਾਹ ਤਾਲਾ ਹਿੰਮਤ ਦਿੰਦਾ ਹੈਗਾ ਨਾ ਅਤੇ ਫਿਰ ਅਸੀਂ ਆਪਣਾ ਨਾਲ ਸੌਦਾ ਵੀ ਲਿਆਵਾਂਗੇ। ਹਾਂਜੀ, ਪੈਸੇ ਬਿਲਕੁਲ ਥੋੜ੍ਹੇ ਹੈਗੇ ਸੀ, ਕਿਉਂਕਿ ਫਿਰ ਪੈਸੇ ਥੋੜ੍ਹਿਆਂ ਦਾ ਸੌਦਾ ਨਹੀਂ ਮਿਲਦਾ ਹੈਗਾ। ਅਤੇ ਇਸ ਵਾਸਤੇ ਨਾ ਚਲੋ ਇੱਕ ਵਾਰੀ ਇਹੀ ਸੋਚਿਆ ਹੈਗਾ ਵੀ ਚਲੋ ਇੱਕ ਵਾਰੀ ਆਹ ਥੋੜ੍ਹਾ ਥੋੜ੍ਹਾ ਸਮਾਨ ਲਾਉਂਦੇ ਹੈਗੇ ਹਾਂ ਅਤੇ ਫਿਰ ਅੱਲਾਹ ਤਾਲਾ ਪੈਸੇ ਦਿੰਦਾ ਹੈਗਾ ਅਤੇ ਫਿਰ ਅਸੀਂ ਨਾ ਜਾਵਾਂਗੇ ਆਪ ਅਤੇ ਲੈ ਆਵਾਂਗੇ ਥੋੜ੍ਹਾ ਥੋੜ੍ਹਾ ਸੌਦਾ ਸਾਰਾ ਸਾਹਿਬ ਵਾਲੇ ਲਿਆਵਾਂਗੇ ਆਪਣੇ ਸ਼ਹਿਰੋਂ। ਅਤੇ ਇੱਥੋਂ ਥੋੜ੍ਹਾ ਬਹੁਤ ਮਿਲ ਤਾਂ ਜਾਂਦਾ ਹੈਗਾ ਲੇਕਿਨ ਫਿਰ ਉਧਾਰ ਜਿਹੜਾ ਨਾ ਸ਼ਾਮ। ਹਾਂਜੀ, ਅਤੇ ਮਾਸ਼ਾਅੱਲਾ ਆ ਚਿਪਸ ਦਾ ਸਮਾਨ ਤਿਆਰ ਹੋ ਗਿਆ ਹੈਗਾ ਹੈ ਔਰ ਨਾਲ ਥੋੜ੍ਹਾ ਜਿਹਾ ਪਕੌੜਿਆਂ ਦਾ ਵੀ ਹੋ ਗਿਆ ਹੈ ਔਰ ਜਿਹੜੇ ਨਾ ਸਮੋਸੇ ਉਹ ਪਏ ਹੈਗੇ ਨਾਲੇ ਉਹ ਵੀ ਤਿਆਰ ਕਰਨੇ ਹੈਗੇ। ਪਹਿਲਾਂ ਆਹ ਬਣਾਉਂਦੇ ਹੈਗੇ ਹਾਂ ਵੀ ਮਿਲਾ ਜਾਨੀ ਬਾਹਰ, ਅਤੇ ਅਸਲਮ ਜੀ ਵੀ ਬਾਹਰ ਪਾਣੀ ਪੂਣੀ ਥਰੋਕਦੇ ਪਏ ਹੈਗੇ ਨੇ ਅਤੇ ਬਾਹਰ ਚੱਲ ਕੇ ਵੇਖਦੇ ਹਾਂ ਕੀ ਕਰਦੇ ਪਏ ਹੈਗੇ ਨੇ। ਪਾਣੀ ਪੂਣੀ ਤਰੋਕਿਆ ਹੈਗਾ ਹੈ ਔਰ ਸਮਾਨ ਸਮੂਨ ਬਾਹਰ ਜੋੜ ਲਿਆ ਹੈਗਾ, ਬਾਕੀ ਜੋ ਕੁਛ ਹੈਗਾ ਸੀ
ਹਾਂਜੀ ਬਾਕੀ ਸਮਾਨ ਸਮੁਣਾ ਵੀ ਰੱਖ ਲਿਆ ਹੈਗਾ ਹੈ ਸਾਰਾ ਕੁਛ, ਸਫਾਈ ਵਗੈਰਾ ਵੀ ਹੋ ਗਈ ਸਾਰੇ, ਝਾੜੂ ਝੂੜੂ ਮਾਰ ਲਿਆ ਹੈਗਾ ਹੈ, ਪਾਣੀ ਵਗੈਰਾ ਤਰਾ ਕੇ ਨਾ ਅਤੇ ਫਿਰ ਦੁਕਾਨ ਲਾਈ ਹੈਗੀ ਹੈ ਅੱਲਾਹ ਤਾਲਾ ਨੂੰ ਯਾਦ ਕਰਕੇ। ਅੱਲਾਹ ਪਾਕ ਜੀ ਰੋਜ਼ੀ ਦੇਵੇਗਾ। ਹਵਾ ਵੀ ਚਲਦੀ ਪਈ ਹੈਗੀ ਅੱਜ ਤਾਂ, ਹਵਾ ਵੀ ਨਾ ਮੌਸਮ ਕਾਫੀ ਸਾਰਾ ਚੇਂਜ ਹੋ ਗਿਆ ਹੈਗਾ, ਮੌਸਮ ਵੀ ਅੱਗੇ ਕਾਫੀ ਗਰਮੀ ਮਹਿਸੂਸ ਹੁੰਦੀ ਸੀ, ਹੁਣ ਜਿਹੜਾ ਹੈ ਨਾ ਹੁਣ ਮਾਸ਼ਾਅੱਲਾ ਮੌਸਮ ਕਾਫੀ ਬਦਲਿਆ ਹੋਇਆ ਹੈਗਾ ਅੱਗੇ ਨਾਲੋਂ। ਅਤੇ ਆ ਕਾਰ ਕਿਤੇ ਰੱਖਦੇ ਹੈਗੇ, ਮੈਂ ਸਮਾਨ ਲੈਣੀ ਹਾਂ, ਬਾਕੀ ਸਮੋਸੇ ਜਿਹੜੇ ਰਹਿ ਗਏ ਨਾ ਉਹ ਵੀ ਮੈਂ ਜਾ ਕੇ ਬਣਾਉਂਦੀ ਹਾਂ। ਔਰ ਜੀ ਬੱਚਿਆਂ ਦੀ ਬੜੀ ਹੈਲਪ ਹੈਗੀ ਹੈ ਨਾਲ, ਮਾਸ਼ਾਅੱਲਾ ਨਾ ਬੱਚੀਆਂ ਸਾਡੀਆਂ ਨਾਲ ਕੰਮ ਕਰਵਾਉਂਦੀਆਂ ਹੈਗੀਆਂ, ਹਾਂਜੀ ਹਾਂਜੀ। ਅਤੇ ਇਹ ਹੈ ਕਿ ਬੱਚੀਆਂ ਵੀ ਨਾਲ ਫਿਰ ਨਾਲ ਆਸਰਾ ਕਰਦੀਆਂ ਹੈਗੀਆਂ, ਨਾਲ ਕੁਛ ਉਹ ਬਣਾਉਂਦੀਆਂ ਹੈਗੀਆਂ, ਨਾਲ ਫਿਰ ਮੈਂ ਇੱਥੇ ਆ ਕੇ ਜਿਹੜਾ ਬਾਹਰ ਦਾ ਕੰਮ ਹੈਗਾ ਉਹ ਫਿਰ ਮੈਂ ਕਰ ਲੈਂਦੀ, ਕਿਉਂਕਿ ਉਹਨਾਂ ਨੇ ਜਿਹੜਾ ਬਾਹਰ ਆਉਣਾ ਹੁੰਦਾ ਹੈ ਅਤੇ ਬਾਅਦ ਵਿੱਚ ਜਿਹੜਾ ਹੈਗਾ ਨਾ ਮਾਸ਼ਾਅੱਲਾ ਹਾਂਜੀ ਜੀ ਹਾਂਜੀ ਜੀ ਇਨਸ਼ਾਅੱਲਾ ਤਾਲਾ, ਉਮੀਦ ਤਾਂ ਬੜੀ ਹੈਗੀ ਹੈ ਕਿ ਅਸੀਂ ਉਹਨਾਂ ਦੀ ਨਾ ਸ਼ਾਦੀ ਜਲਦ ਕਰਨੀ ਹੈਗੀ, ਪਹਿਲੇ ਮਹੀਨੇ ਤੱਕ ਉਮੀਦ ਬੜੀ ਹੈਗੀ ਅੱਲਾਹ ਤਾਲਾ ਦੀ, ਅੱਲਾਹ ਤਾਲਾ ਜਿਵੇਂ ਜਿਵੇਂ ਹਿੰਮਤ ਦੇਵੇਗਾ ਅਤੇ ਬੱਚੀਆਂ ਦਾ ਫਰਜ਼ ਅਦਾ ਕਰਾਂਗੇ ਕੁਛ, ਉਹਨਾਂ ਅੱਲਾਹ ਪਾਕ ਦੇਵੇਗਾ ਅਤੇ ਉਹਨਾਂ ਦਾ ਸਮਾਨ ਸਮੂਨ ਥੋੜ੍ਹਾ ਬਹੁਤ ਬਣਾਵਾਂਗੇ, ਬਣਾ ਕੇ ਤਾਂ ਬੱਚੀਆਂ ਦਾ ਫਰਜ਼ ਅਦਾ ਹੋ ਜਾਵੇਗਾ ਜੀ। ਇਹ ਮਾਂ ਪਿਓ ਦੇ ਸਿਰ 'ਤੇ ਹੁੰਦੀ ਹੈਗੀ ਇਹ ਗੱਲ ਸਾਰੀ, ਹਾਂਜੀ ਹਾਂਜੀ ਬੱਚੀਆਂ ਦੇ ਸਮਾਨ ਦੀ ਹੁੰਦੀ, ਕਿਉਂਕਿ ਬੱਚੀਆਂ ਨੂੰ ਸਮਾਨ ਵੀ ਨਾ ਦਿਓ ਤਾਂ ਫਿਰ ਕੋਈ ਗੱਲ ਨਹੀਂ ਹੈ ਸੀ, ਅਤੇ ਬਾਕੀ ਵੀ ਸਮਾਨ ਵੀ ਜ਼ਰੂਰੀ ਹੈਗਾ, ਦੇਣਾ ਪੈਂਦਾ ਹੈਗਾ, ਅਤੇ ਇਨਸ਼ਾਅੱਲਾ ਤਾਲਾ ਉਹਨਾਂ ਨੂੰ ਵੀ ਦੇਵਾਂਗੇ ਜੋ ਅੱਲਾਹ ਤਾਲਾ ਨੇ ਸਾਨੂੰ ਹਿੰਮਤ ਦਿੱਤੀ ਤੌਫੀਕ ਦਿੱਤੀ ਇਨਸ਼ਾਅੱਲਾ ਅਸੀਂ ਉਹੀ ਕਰਾਂਗੇ, ਅਤੇ ਬਾਕੀ ਜਿਹੜਾ ਹੈਗਾ ਨਾ ਚਲੋ ਜੀ ਬਾਲੋ ਤੁਸੀਂ, ਮੈਂ ਲਾਹਨੀ ਸਮਾਨ ਅੱਧਾ ਬਣ ਗਿਆ ਜਿਹੜਾ ਬਣ ਗਿਆ ਉਹ ਲਾਹਨੀ ਹਾਂ। ਅੱਜ ਤਾਂ ਜੀ ਸਾਡਾ ਛੋਟਾ ਜਿਹੜਾ ਹੈਗਾ ਨਾ ਦੁਕਾਨਦਾਰ ਉਹ ਵੀ ਨਸਿਆ ਹੋਇਆ ਹੈਗਾ ਹੈ, ਉਹ ਜੀ ਗਿਆ ਹੋਇਆ ਹੈਗਾ ਹੈ ਫੁੱਫੀ ਵਾਲਾ, ਆਪਣੀ ਫੁੱਫ ਵੱਲ ਗਿਆ ਹੋਇਆ ਹੈਗਾ, ਅਤੇ ਵੇਖੋ ਹੁਣ ਕਿਸ ਟਾਈਮ ਆਉਂਦਾ ਹੈਗਾ ਹੈ, ਕਿਉਂਕਿ ਉਹਨੂੰ ਪਤਾ ਨਹੀਂ ਸੀ ਕਿ ਅਸੀਂ ਸਮਾਨ ਬਣਾਉਂਦੇ ਪਏ, ਉਹ ਉੱਧਰ ਸੁਬਹਾ ਸੁਬਹਾ ਚਲਾ ਗਿਆ ਹੈਗਾ। ਪਕੌੜਿਆਂ ਦਾ ਪਹਿਲਾ ਪੂਰਾ ਸੀ ਜੀ ਪਾ ਲਿਆ, ਉਹ ਤਾਂ ਸ਼ੁਰੂ ਤੋਂ ਜਾਂਦਾ ਪਹਿਲੇ ਪਕੌੜੇ ਬਣਾਈ ਦੇ ਰੋਟੀ ਰੋਟੀ ਖਾਣ ਵਾਸਤੇ ਲੈਣਦੇ ਸਬਜ਼ੀ ਵੀ ਅੱਜ ਬੜੀ ਮਹਿੰਗੀ ਹੈਗੀ ਸੀ, ਕੁਛ ਨਹੀਂ ਮਿਲਿਆ ਹੈਗਾ ਸੀ ਇਸ ਵਾਸਤੇ, ਦੋ ਤਿੰਨ ਦਿਨ ਸਬਜ਼ੀ ਲੈਂਦਾ ਰਿਹਾ ਨਾ, ਉਧਾਰੀ ਲਿਆਈ ਦੀ ਸੀ, ਵੇਚ ਕੇ ਉਹਨੂੰ ਪੈਸੇ ਦੇ ਦਿੰਦੇ ਹਾਂ, ਜਿਤਨੇ ਕੁ ਪੈਸੇ ਹੁੰਦੇ ਸੀ ਉਹ ਮੈਂ ਉਹਨੂੰ ਦੇ ਛੱਡਦਾ ਸੀ, ਉਹ ਦੋ ਤਿੰਨ ਦਿਨ ਸਬਜ਼ੀ ਵੀ ਖਰਾਬ ਹੋ ਗਈ ਵੀ ਸੇਲ ਵੀ ਨਹੀਂ ਹੋਈ, ਫਿਰ ਉਹ ਪੈਸੇ ਮੈਂ ਥੋੜ੍ਹੇ ਜਿਹੇ ਪਾ ਕੇ ਥੋੜ੍ਹਾ ਜਿਹਾ ਸੌਦਾ ਜਿਹਾ ਲੈ ਕੇ ਆਇਆ, ਆਹੀ ਲਿਆਂਦਾ ਹੈਗਾ ਸੌਦਾ, ਤਾਂ ਇਨਸ਼ਾਅੱਲਾ ਹੀ ਬਣਾਉਂਦੇ ਹਾਂ ਦੂਸਰਾ ਚਿਪਸ ਵਗੈਰਾ ਬਣਾਉਂਦੇ ਹਾਂ ਨਾਲ ਸਮੋਸੇ, ਅਤੇ ਆਪਣਾ ਕਾਰੋਬਾਰ ਜੋ ਜਿੰਨਾ ਕੁ ਹੈਗਾ ਸ਼ੁਰੂ ਕਰਨੇ ਆ। ਹਾਂਜੀ ਅਤੇ ਮਾਸ਼ਾਅੱਲਾ ਪਕੌੜੇ ਜਿਹੜੇ ਹੈਗੇ ਨਾ ਉਹ ਇੰਨੇ ਕੁ ਬਣਾ ਲਏ ਹੈਗੇ ਨੇ, ਅਤੇ ਬਾਕੀ ਜਿਹੜੇ ਨਾ ਸਮੋਸੇ ਵਿੱਚ ਪਾ ਦਿੱਤੇ ਹੈਗੇ ਨੇ ਇੰਨੇ ਕੁ ਬਣੇ ਹੈਗੇ ਸੀ, ਅਤੇ ਉਹ ਮੈਂ ਲੈ ਕੇ ਆ ਗਈ ਹੈਗੀ ਬਾਹਰ, ਅਤੇ ਬਣਾਉਂਦੇ ਪਏ ਹੁਣ, ਅੱਲਾਹ ਕਰੇਗਾ ਜੀ ਆਸਤਾ ਆਸਤਾ ਵਿਕ ਜਾਵੇਗਾ। ਮਿਹਨਤ ਤਾਂ ਕਰਨਾ ਸਾਡਾ ਕੰਮ ਹੈ, ਫਲ ਲੈਣਾ ਅੱਲਾਹ ਦਾ ਕੰਮ ਹੈ। ਹਾਂਜੀ ਅੱਲਾਹ ਪਾਕ ਖੈਰ ਕਰੇਗਾ, ਐਡੀ ਗਰਮੀ ਦੇ ਵਿੱਚ ਆ ਕੇ ਖੜੋ ਕਰ ਦਿੰਦੇ।
ਮਾਸ਼ਾਅੱਲਾ ਨਾ ਜਿਹੜੇ ਪਕੌੜੇ ਅਤੇ ਚਿਪਸ ਹੈਗੀ ਸੀ ਉਹ ਵੇਖ ਕੇ ਹੈਗੇ ਨੇ ਸਾਰੇ, ਔਰ ਸਮੋਸੇ ਜਿਹੜੇ ਹੈਗੇ ਨਾ ਉਹ ਤਕਰੀਬਨ 3 ਕਿ 6 ਦੇ ਸੱਤ ਸਮੋਸੇ ਬਚ ਗਏ ਹੈਗੇ ਨਾ, ਅਤੇ ਸ਼ਾਮ ਹੋ ਗਈ ਹੈਗੀ ਹੈ ਅਤੇ ਅੱਲਾ ਕਰਦਾ ਹੈਗਾ ਇਹ ਵੀ ਵਿਕ ਜਾਣਗੇ ਸ਼ਾਮ ਤੱਕ, ਨਾ ਆਉਣਗੇ ਬੱਚੇ ਤਾਂ ਫਿਰ ਖਾਣਾ ਹੀ ਹੈਗਾ ਹੈ। ਅਤੇ ਆਹ ਜੀ ਥੋੜ੍ਹਾ ਜਿਹਾ ਨਾ ਪਕੌੜਿਆਂ ਦਾ ਮਸਾਲਾ ਬਚ ਗਿਆ ਸੀ, ਅਤੇ ਉਹ ਪੂਰ ਸਾਰਾ ਨਾ ਪੂਰ ਛੋਟਾ ਜਿਹਾ ਮੈਂ ਕਿਹਾ ਚਲੋ ਕੱਢ ਕੇ ਰੱਖ ਲਓ, ਚਲੋ ਜੀ ਅਸੀਂ ਸਾਲਣ ਨਹੀਂ ਪਕਾਉਣਾ ਹੈਗਾ, ਜੇ ਵਿਕ ਗਿਆ ਤਾਂ ਠੀਕ ਹੈ, ਨਾ ਵਿਕੇ ਤਾਂ ਫਿਰ ਅਸੀਂ ਰੋਟੀ ਖਾ ਲਵਾਂਗੇ ਇਹਦੇ ਨਾਲ। ਹਾਂਜੀ ਇਹਨਾਂ ਨੇ ਖਾ ਲਵਾਂਗੇ, ਹਾਂਜੀ ਅਤੇ ਅੱਲਾ ਪਾ ਕੇ ਖੈਰ ਕਰੇਗਾ। ਔਰ ਪੂਰ ਜਿਹੜਾ ਹੈਗਾ ਨਾ ਵਿੱਚ ਇੱਕ ਪਾ ਦਿੱਤਾ ਹੈਗਾ, ਅਤੇ ਬਾਕੀ ਥੋੜ੍ਹਾ ਜਿਹਾ ਹੈਗਾ ਮਸਾਲਾ ਥੋੜ੍ਹੇ ਜਿਹੇ ਬਣ ਜਾਣਗੇ ਇਹਦੇ। ਅਤੇ ਆਹ ਜੀ ਚੈੱਕਅਪ ਜੀ ਕੀ ਨੂੰ ਸੱਦੇ ਨੇ ਕੈਚਅਪ, ਉਹ ਜੀ ਆ ਥੋੜ੍ਹੀ ਜਿਹੀ ਹੈਗੀ ਆ, ਇਸ ਘਰ ਲਿਆਉਂਦੀ ਸੀ ਕਿਉਂਕਿ ਪਕੌੜਿਆਂ ਦੇ ਨਾਲ ਨਾ ਕੈਚਅਪ ਮੰਗਦੇ ਹੈਗੇ ਨੇ ਇਸ ਵਾਸਤੇ। ਅਤੇ ਉਹ ਚਲੋ ਜੀ ਆਹ ਵੀ ਨਿਕਲਦੇ ਹੈਗੇ ਨੇ ਪੂਰੇ ਕੁ, ਚਲੋ ਕੋਈ ਨਾ ਕੋਈ ਸ਼ਾਮ ਤੱਕ ਵਿਕ ਜਾਵੇਗਾ, ਅੱਲਾ ਪਾਕ ਖੈਰ ਕਰੇਗਾ। ਚਲੋ ਕੁਛ ਲਾਲਚ 'ਤੇ ਲੱਗੇ ਹੋਏ ਹਾਂ ਅਤੇ ਅੱਲਾ ਪਾਕ ਖੈਰ ਕਰੇਗਾ ਜੀ। ਅਤੇ ਸੁਫਿਆਨ ਅਲੀ ਜਿਹੜਾ ਹੈਗਾ ਨਾ ਉਹ ਵੀ ਨਾਲ ਹੀ ਹੈਗਾ ਹੈ, ਵੇਖ ਲਓ ਜੀ ਆਹ ਕਾਰੀਗਾਰੀ ਨੇ ਜ਼ਰਾ, ਆਹ ਵੇਖੋ ਸੁਫਿਆਨ ਅਲੀ, ਆਹ ਵੇਖ ਲਓ ਜੀ ਬੱਚੇ ਨਾ ਇਸ ਤਰੀਕੇ ਨਾਲ ਖੁਸ਼ ਹੁੰਦੇ ਹੈਗੇ ਨੇ, ਖਾਂਦੇ ਹੈਗੇ ਨੇ ਅਤੇ ਸਾਰਾ ਦਿਨ ਇਹੀ ਲੱਗੇ ਰਹਿੰਦੇ ਹੈਗੇ ਨੇ। ਅਤੇ ਅੱਲਾ ਪਾਕ ਜੀ ਖੈਰ ਕਰਦਾ ਹੈਗਾ, ਤਾਂ ਵਿਕ ਜਾਣਗੇ ਥੋੜ੍ਹੇ ਬਹੁਤ ਜਿਹੜੇ ਰਹਿ ਗਏ ਹੈਗੇ ਨੇ। ਇਸ ਤਰੀਕੇ ਕਿਆ ਵੇਖ ਲਓ, ਚਲ ਬਸ ਕਰ ਆ ਜੀ, ਇਸ ਤਰੀਕੇ ਬੱਚੇ ਕਾਫੀ ਲੈ ਕੇ ਜਾਂਦੇ ਹੈਗੇ ਨੇ ਅਤੇ ਖੁਸ਼ ਹੋ ਕੇ ਖਾਂਦੇ ਹੈਗੇ ਨੇ ਸਾਰੇ, ਸਾਡੇ ਆਪਣੇ ਹੀ ਬੱਚੇ ਖਾਂਦੇ ਹੈਗੇ ਨੇ ਸਾਰੇ, ਹੋਰ ਇਹਨਾਂ ਨੂੰ ਕੋਈ ਕੰਮ ਨਹੀਂ, ਅੱਲਾ ਪਾਕ ਖੈਰ ਕਰੇਗਾ ਤਾਂ ਵਿਕ ਜਾਣਗੇ ਹੋਰ ਥੋੜ੍ਹੀ ਦੇਰ ਤੱਕ। ਅਤੇ ਆਹ ਜਿਹੜੇ ਪਕੌੜੇ ਹੈਗੇ ਨਾ ਇਹ ਬਣਾ ਕੇ ਰੱਖ ਲਓ, ਸਬਜ਼ੀ ਤਾਂ ਅਸੀਂ ਅੱਜ ਲਿਆਂਦੀ ਨਹੀਂ ਸੀ ਕੋਈ ਅਤੇ ਨਾ ਕੁਛ ਹੈਗੀ ਸੀ, ਅਤੇ ਅੱਲਾ ਪਾਕ ਜੀ ਖੈਰ ਕਰਦਾ ਹੈਗਾ ਅਤੇ ਇਨਸ਼ਾਅੱਲਾ ਕੋਈ ਵੇਖਦੇ ਹੈਗੇ ਅੱਲਾ ਵਾਰਸ ਹੈਗਾ, ਕੁਛ ਨਹੀਂ ਹੁੰਦਾ ਜੀ, ਅੱਲਾ ਪਾਕ ਖੈਰ ਕਰੇਗਾ। ਅਤੇ ਮਾਰੀਆ ਜੀ ਤੁਸੀਂ ਟਿਊਸ਼ਨ ਨਹੀਂ ਗਈਆਂ ਅੱਜ? ਜੀ ਇਹ ਬੱਚੇ ਟਿਊਸ਼ਨ ਕੋਈ ਨਹੀਂ ਗਏ ਹੈਗੇ, ਕਹਿੰਦੇ ਕਿ ਅਸੀਂ ਨਾ ਜਾਣਾ ਹੈਗਾ ਸੀ ਇਹਨਾਂ ਦੀ ਬਾਜੀ ਨੇ ਕਿਤੇ, ਅਤੇ ਇਸ ਵਾਸਤੇ ਇਹ ਟਿਊਸ਼ਨ ਕੋਈ ਵੀ ਨਹੀਂ ਗਏ ਹੈਗੇ, ਸਾਰੇ ਘਰ ਹੀ ਹੈਗੇ ਨੇ ਬੱਚੇ, ਅਤੇ ਚੱਲ ਕੇ ਕੁਛ ਵੇਖਣਾ ਹੈਗੇ ਕੋਈ ਇੰਤਜ਼ਾਮ ਕਰਨੇ ਖਾਣ ਪੀਣ ਦਾ ਵੀ। ਹਾਂਜੀ ਅੱਲਾ ਪਾਕ ਹਿੰਮਤ ਦੇਵੇਗਾ ਆਸਤਾ ਆਸਤਾ, ਅਤੇ ਚੱਲ ਕੇ ਨਾ ਅੰਦਰ ਕੋਈ ਬਣਾਉਂਦੇ ਹੈਗੇ ਹਾਂ ਖਾਣ ਪੀਣ ਦਾ। ਔਰ ਅੱਜ ਸਾਡਾ ਨਾ ਆਟਾ ਵੀ ਖਤਮ ਹੋਇਆ ਹੋਇਆ ਹੈਗਾ ਹੈ, ਆਟਾ ਜਿਹੜਾ ਹੈ ਨਾ ਉਹ ਵੀ ਲੈ ਆਉਂਦੇ, ਆਟਾ ਵੀ ਜਾਣਾ ਹੈਗਾ, ਮੈਂ ਕਿਹਾ ਚਲੋ ਆਟਾ ਵੀ ਲੈ ਕੇ ਆਉਂਦੇ ਨੇ ਅਤੇ ਫਿਰ। ਔਰ ਮਾਸ਼ਾਅੱਲਾ ਬੱਚੇ ਸਾਰੇ ਘਰ ਹੀ ਹੈਗੇ ਨੇ, ਵਿਹਲੇ ਹੈਗੇ ਸੀ, ਦੇਖਿਓ ਕਿ ਸਾਰਾ ਖੇਡੋ ਜੀ ਖੇਡੋ। ਅਤੇ ਜਾ ਕੇ ਅੱਜ ਨਾ ਮਾਸ਼ਾਅੱਲਾ ਮਾਸ਼ਾਅੱਲਾ ਜੀ ਵੇਖ ਸਕਦੇ ਹੋ ਕਿ ਸਾਡਾ ਨਾ ਆਹ ਵੇਖ ਲਓ ਕਿੱਡੀ ਪਿਆਰੀ ਹੀ ਸਿੱਧੀ ਵਾਲ ਜਿਹੜੀ ਹੈਗੀ ਨਾ ਉੱਪਰ ਜਾ ਰਹੀ ਹੈਗੀ, ਮਾਸ਼ਾਅੱਲਾ ਨਾ ਕਾਫੀ ਜ਼ਿਆਦਾ ਨਾ ਖਿਲਰ ਗਈ ਹੈਗੀ ਹੈ। ਅਤੇ ਇਨਸ਼ਾਅੱਲਾ ਤਾਲਾ ਉਮੀਦ ਹੈਗੀ ਹੈ ਕਿ ਇਹਨੂੰ ਆਪਾਂ ਨਾ ਇਸ ਸਾਈਡ ਦੇ ਉੱਪਰ ਮੈਂ ਤੋੜ ਉੱਪਰ ਨਾ ਉੱਪਰ ਵਾਲੀ ਸਾਈਡ 'ਤੇ ਬਨੇਰੇ ਦੇ ਉੱਤੇ ਰੱਸਾ ਪਾ ਕੇ ਇਹਨੂੰ ਮੈਂ ਬੰਨਿਆ ਹੈਗਾ ਹੈ ਨਾਲ, ਅਤੇ ਅੱਲਾ ਪਾਕ ਜੀ ਨੂੰ ਵਧਾਵੇ ਇਹਨੂੰ ਮੈਂ ਆਪਣੇ ਨਾ ਮੇਰੀ ਸ਼ੌਕ ਹੈਗੀ ਹੈ ਇਹਨੂੰ ਮੈਂ ਇਸ ਸਾਈਡ 'ਤੇ ਨਾ ਲੈ ਕੇ ਆਉਣਾ, ਜਿਸ ਤਰ੍ਹਾਂ ਉੱਪਰ ਵਧੇਗੀ ਨਾ
ਤੇ ਫਿਰ ਇਹਨੂੰ ਉਸੇ ਤਰੀਕੇ ਮੈਂ ਉੱਪਰ ਉੱਪਰ ਲੈ ਕੇ ਜਾਵਾਂਗੀ ਤੇ ਇਨਸ਼ਾਅੱਲਾ ਤਾਲਾ ਮਾਸ਼ਾਅੱਲਾ ਨਜ਼ਰ ਨਾ ਲੱਗੇ ਜੀ, ਮੇਰੀ ਨਜ਼ਰ ਲੱਗਣੀ ਹੈਗੀ ਹੈ ਕਿਉਂਕਿ ਮੈਨੂੰ ਬੜੀ ਹੀ ਪਿਆਰੀ ਲੱਗਦੀ ਪਈ ਹੈਗੀ ਹੈ ਮਾਸ਼ਾਅੱਲਾ ਨਾ, ਵੱਧਦੀ ਵੀ ਜਲਦੀ ਪਈ ਕਿਉਂਕਿ ਮੈਂ ਇਹਦੇ 'ਤੇ ਨਾ ਆਹ ਵੇਖੋ ਕੰਡੇ ਰੱਖੇ ਹੋਣ ਸਾਈਡਾਂ 'ਤੇ ਕਿ ਬੱਚੇ ਨਾ ਇਹਨੂੰ ਛੇੜੇ ਨਾ, ਕਿਉਂਕਿ ਬੱਚੇ ਸਾਡੇ ਜਿਹੜੇ ਹੈਗੇ ਨਾ ਜਦੋਂ ਰਲ ਜਾਂਦੇ ਨਾ ਸਾਰੇ ਇਕੱਠੇ ਉਦੋਂ ਫਿਰ ਇਹਨਾਂ ਦੇ ਪੱਤੇ ਤੋੜਦੇ ਹੈਗੇ ਨੇ ਇਸ ਵਾਸਤੇ। ਅਤੇ ਮਾਸ਼ਾਅੱਲਾ ਇਹਨੂੰ ਮੈਂ ਬਚਾਇਆ ਹੋਇਆ ਬੜਾ ਹੈਗਾ, ਕੰਡੇ ਸਾਈਡਾਂ 'ਤੇ ਰੱਖੇ ਹੋਏ ਹੈਗੇ ਨੇ ਅਤੇ ਇਸ ਸਾਈਡ ਤੋਂ ਉੱਪਰ ਮਾਸ਼ਾਅੱਲਾ ਜੀ ਸਾਰਾ ਜਾ ਰਿਹਾ ਹੈਗਾ ਹੈ। ਉਹ ਰੱਸੇ ਦੇ ਨਾਲ ਨਾਲ ਵੱਲ ਜਾ ਰਹੀ ਹੈਗੀ ਰੱਸੇ ਦੇ ਨਾਲ ਨਾਲ। ਔਰ ਜੀ ਆਹ ਵਾਲਾ ਬੂਟਾ ਜਿਹੜਾ ਹੈਗਾ ਨਾ ਇਹ ਤਾਂ ਕੋਈ ਨਹੀਂ ਏਡਾ ਵਧਿਆ ਕਿਉਂਕਿ ਇਹ ਆ ਵੇਖ ਲਓ ਜੀ ਸੁੱਕ ਗਿਆ ਹੈਗਾ, ਸੜ ਗਿਆ ਬਿਲਕੁਲ, ਇਹ ਤਾਂ ਹੋਇਆ ਹੀ ਨਹੀਂ ਨਾ ਇੱਦਾਂ, ਸਬਜ਼ ਸਬਜ਼ ਹੈਗਾ ਥੋੜ੍ਹਾ ਬਹੁਤ, ਪਾਣੀ ਪਤਾ ਨਹੀਂ ਜ਼ਿਆਦਾ ਪਾਇਆ ਕੀ ਵਜ੍ਹਾ, ਇਹ ਤਾਂ ਬਿਲਕੁਲ ਹੀ ਸੁੱਕ ਗਿਆ ਹੈਗਾ। ਅਤੇ ਅੱਲਾ ਪਾਕ ਖੈਰ ਕਰਦਾ, ਕੁਛ ਪਕਾਉਣ ਖਾਣ ਦਾ ਸੋਚਨੇ ਹੈਗੇ ਹਾਂ ਥੋੜ੍ਹੇ ਜਿਹੇ ਬੱਚੇ ਹੈਗੇ ਹਨ ਅਤੇ ਉਹ ਅਸੀਂ ਇਹਨਾਂ ਬੱਚਿਆਂ ਦੇ ਦਿੱਤੇ ਹੈਗੇ ਹਨ ਸਾਰੇ। ਅਤੇ ਹੁੰਦਾ ਇਹ ਨਾ ਵੀ ਥੋੜ੍ਹੇ ਜਿਹੇ ਸ਼ਾਮ ਟਾਈਮ ਬਣਾਏ ਸੀ ਬਿਲਕੁਲ, ਬਾਕੀ ਤਾਂ ਸਾਰਾ ਕੁਛ ਖਤਮ ਹੋ ਗਿਆ, ਦੋ ਸਮੋਸੇ ਅੱਜ ਬਚੇ ਹੈਗੇ ਹਨ ਔਰ ਇੰਨੇ ਕੁ ਨਾ ਪਕੌੜੇ ਵੀ ਬਚ ਗਏ ਸੀ, ਉਹ ਬੱਚੇ ਬੁੱਚੇ ਲੈ ਗਏ ਹੈਗੇ ਨੇ ਸਾਰੇ। ਅਤੇ ਅੱਲਾ ਪਾਕ ਖੈਰ ਕਰਦਾ ਹੈਗਾ ਹੈ ਅਤੇ ਭੈਣਾਂ ਭਾਈਆਂ ਤੋਂ ਮੈਂ ਇਜਾਜ਼ਤ ਚਾਹੁੰਦੀ ਹੈਗੀਆਂ ਔਰ ਸਾਡੀ ਵੀਡੀਓ ਲਾਈਕ ਸਬਸਕ੍ਰਾਈਬ ਕੀਤਾ ਕਰੋ, ਵੀਡੀਓ ਸਾਡੀ ਐਂਡ ਤੱਕ ਵੇਖੀ ਕਰੋ ਔਰ ਸਾਨੂੰ ਭੈਣਾਂ ਭਾਈਆਂ ਨੇ ਅੱਛੇ ਅੱਛੇ ਕਮੈਂਟ ਕਰਕੇ ਦੱਸਣਾ ਹੈਗਾ ਕਿ ਕੀ ਹਿਸਾਬ ਕਿਤਾਬ ਹੈਗਾ ਅਤੇ ਕੀ ਨਹੀਂ। ਔਰ ਕੰਮ ਦੀ ਵਜ੍ਹਾ ਤੋਂ ਨਾ ਮੈਂ ਵੀ ਕੁਛ ਪਰੇਸ਼ਾਨ ਹੈਗੀ ਹਾਂ ਕਿਉਂਕਿ ਕੋਈ ਵੀ ਹਾਲਾਤ ਨਹੀਂ ਹੈਗਾ ਇੱਥੇ ਵੀ, ਕਿਉਂਕਿ ਸਬਜ਼ੀ ਵੀ ਇੰਨੀ ਜ਼ਿਆਦਾ ਨਹੀਂ ਵਿਕਦੀ ਹੈਗੀ ਔਰ ਸ਼ਾਮ ਵੀ ਹੋ ਗਈ ਹੈ। ਹਾਂਜੀ ਅਤੇ ਉੱਥੇ ਵੀ ਇੰਨਾ ਕੋਈ ਹਾਲਾਤ ਨਹੀਂ ਸੀ ਹੈਗਾ ਕਿਉਂਕਿ ਦੂਸਰਾ ਨਾ ਉੱਥੇ ਵੀ ਕਮੇਟੀ ਵਾਲਿਆਂ ਨੇ ਤੰਗ ਕੀਤਾ ਹੋਇਆ ਸੀ, ਦੁਕਾਨ ਦਾ ਵੀ ਮਸਲਾ ਜਿਹਾ ਬਣ ਗਿਆ ਹੈਗਾ ਹੈ ਔਰ ਜਿਹੜਾ ਹੈਗਾ ਨਾ ਇੱਥੇ ਵੀ ਬਸ ਇਹੀ ਕੁਛ ਹੈਗਾ ਹੈ, ਥੋੜ੍ਹੀ ਬਹੁਤ ਕਿਉਂਕਿ ਪਿੰਡ ਦੇ ਵਿੱਚ ਥੋੜ੍ਹੀ ਬਹੁਤ ਸਬਜ਼ੀ ਵਿਕਦੀ ਹੈਗੀ ਹੈ। ਆਹ ਵੇਖ ਲਓ ਜੀ ਬੱਚੇ ਲੱਗੇ ਹੋਏ ਹੈਗੇ ਪਕੌੜੇ ਖਾਣ ਵਾਸਤੇ। ਅਤੇ ਅੱਲਾ ਪਾਕ ਜੀ ਖੈਰ ਕਰੇਗਾ ਔਰ ਅੱਲਾ ਪਾਕ ਰਹਿਮਤ ਕਰੇ ਜੀ ਸਭ 'ਤੇ ਔਰ ਅੱਲਾ ਪਾਕ ਖੁਸ਼ ਰੱਖੇ ਅਤੇ ਆਬਾਦ ਰੱਖੇ ਸਾਡੇ ਸਭ ਭੈਣਾਂ ਬਾਈਆਂ ਨੂੰ ਜਿੱਥੇ ਵੀ ਹਨ ਖੁਸ਼ ਰਹਿਣ, ਅਤੇ ਸਾਰੇ ਭੈਣਾਂ ਬਾਈਆਂ ਨੂੰ ਨਾ ਸਾਡਾ ਬਹੁਤ ਬਹੁਤ ਸ਼ੁਕਰੀਆ ਹੈਗਾ ਕਿਉਂਕਿ ਸਾਡੀ ਬਹੁਤ ਅੱਛੀ ਵੀਡੀਓ ਵੇਖਦੇ ਪਏ ਹੈਗੇ ਨੇ, ਸਮਾਨ ਵਗੈਰਾ ਵੀ ਲੈ ਕੇ ਆ ਗਏ ਕਿਉਂਕਿ ਸਾਡੇ ਨਾਲ ਸਰਵਿਸ ਬਹੁਤ ਘੱਟ ਆਉਂਦੀ ਹੈਗੀ ਅਤੇ ਵੀਡੀਓ ਬਹੁਤ ਅਪਲੋਡ ਲੇਟ ਹੁੰਦੀ ਹੈਗੀ ਹੈ ਇਸ ਵਾਸਤੇ। ਅਤੇ ਇਨਸ਼ਾਅੱਲਾ ਤਾਲਾ ਸੁਬਹ ਮਿਲਾਂਗੇ ਸਭ ਭੈਣਾਂ ਬਾਈਆਂ ਨੂੰ ਅੱਛੇ ਵਲੌਗ ਦੇ ਨਾਲ ਜੀ, ਅੱਜ ਵੇਖੋ ਅੱਜ ਵਲੌਗ ਦੇ ਇਜਾਜ਼ਤ ਚਾਹੁੰਦੇ ਹੈਗੇ ਹਾਂ ਜੀ, ਅੱਲਾ ਹਾਫਿਜ਼।